ਮੱਥਾ ਲੂਣਾ ਟੇਕੇ ਚਾ ਲੂਣਾ ਦੇ ਥੰਮ ਧਰਮ ਦੇ ਟੁੱਟ ਗਏ ਲੂਣਾ ਦੇ ਥੰਮ ਧਰਮ ਦੇ ਟੁੱਟ ਗਏ ਹੁਣੀ ਲਈਏ ਸੇਜ ਵਿਛਾ ਛੋਟੀ ਉਮਰ ਚ ਪੂਰਨਾ ਥੋੜੇ ਸੀਸ ਨਿਵਾਵਿਆਂ ਦੀ ਪੂਛ ਤੇ ਮੈਂ ਡੇਡੀਆਂ ਆਪਣੀ ਮਾਂ ਦੇ ਨਾਲ ਜਵਾਬ ਕਰਦਾ ਹੈ ਵੀ ਤੂੰ ਮੇਰੀ ਮਾਤਾ ਲੱਗਣੀ ਹੈ ਅਲਾ ਖਾਨ ਹੁੰਦਾ ਸ਼ਹੂਪੁਰ ਵਾਲਿਆ ਕਿਹੜੇ ਜਵਾਬ ਕਰਦਾ ਹੈ ਆਂਦਾ ਇਸ ਪਦ ਮਾਤਾ ਲੱਗੇ ਮੇਰੀ ਇਸ ਲੱਗੇ ਮੇਰੀ ਮਾਂ ਨੀ ਮੇਰੇ ਬਾਪ ਨੇ ਆਂਦਾ ਹੀ ਵਿਆਹ ਕੇ ਜਗ ਪਿਓਈਓ ਤਾਂ ਅਸੀਂ ਘਰ ਨੂੰ ਚੱਲੇ ਪਾਪਣੇ ਘਰ ਨੂੰ ਚੱਲੇ ਪਾਪਣੇ ਆਪੇ ਮੌਲਾ ਕਰੇ ਨਿਆ ਪੂਰਨ ਜਤੀ ਮਾਂ ਦੇ ਨਾਲ ਜਵਾਬ ਕਰਦਾ ਹੈ ਤੂੰ ਮੇਰੀ ਮਾਂ ਲੱਗਣੀ ਹੈ ਇੱਕ ਰਾਣੀ ਲੂਣਾ ਪੂਰਨ ਜਤੀ ਦੇ ਨਾਲ ਜਵਾਬ ਕਰਦੀ ਏ ਤੂੰ ਮੇਰਾ ਕਦੋਂ ਪੁੱਤਰ ਹੈ ਮੈਂ ਕਦੋਂ ਤੇਰੀ ਮਾਂ ਲੱਗਣੀ ਆ ਉੱਥੇ ਕਿਹੜੀਆਂ ਗੱਲਾਂ ਰਾਣੀ ਕਰ ਜਾਂਦੀ ਏ ਮੈਂ ਤੇਰੀ ਕਦੋਂ ਮਾਂ ਲੱਗਣੀ ਆ ਇਹ ਕੌਣ ਪੂਰਨ ਜਤੀ ਮਾਂ ਦੇ ਕੋਲੋਂ ਜਿਹੜਾ ਹੁੰਦਾ ਹੈ ਇੱਕ ਮਹੱਲਾ ਦੇ ਵਿੱਚ ਪੱਲਾ ਛਡਾ ਕੇ ਪੂਰਨ ਜਤੀ ਬਾਹਰ ਜਾਂਦਾ ਹੈ ਕਿ ਜਾਂਦੇ ਪੂਰਨ ਦੀ ਆਰਫ ਸੈਨ ਭੱਟੀ ਸ਼ਾਹ ਕਲੂਨੀ ਵਾਲਾ ਤਾਰੀਫ ਕਰਦਾ ਹੈ ਕਿਸ ਤਰ੍ਹਾਂ ਪੂਰਨ ਜਤੀ ਨਿਕਲਿਆ ਹੈ ਸ਼ੋਰ ਵਾ
ਰਾਜਾ ਮਾਰੇ ਗੋਲੀ ਸੌਣ ਨੂੰ ਵਾਜਾ ਮਾਰੇ ਗੋਲੀ ਸੌਣ ਨੂੰ ਨੀ ਲਿਆ ਰਾਜੇ ਨੂੰ ਕੋਲ ਨੀ ਉਹ ਮਾਰੇ ਪੂਰਨ ਪੁੱਤ ਨੂੰ ਮਾਰੇ ਪੂਰਨ ਪੁੱਤ ਨੂੰ ਮੇਰੇ ਜਾਸ ਪਰ ਨੂੰ ਤੋੜੀ ਉੱਥੇ ਮਸਤੂ ਗੋਲੀ ਬੋਲਦੀ ਨੀ ਤੂੰ ਮਗਰ ਬਣਾ ਲਾ ਹੋਰ ਨੀ ਤੂੰ ਹਾਰ ਹਮੇਲਾ ਲਾ ਕੇ ਕਾਣੀਏ ਹਾਰ ਹਮੇਲਾ ਲਾ ਕੇ ਨੀ ਤੂੰ ਸੋਚ ਤੁਮੀ ਤੇ ਰੋੜੀ ਚੱਲ ਕੇ ਨੀ ਉਹ ਰਾਜਾ ਆ ਕੇ ਚੱਲ ਕੇ ਲੂਣਾ ਤੇਰੇ ਕੋਲ ਨੀ ਉਹ ਮਾਰੇ ਪੂਰਨ ਪੁੱਤ ਨੀ ਕੋਈ ਲਾਸ ਨੇ ਤਾਂ ਗੋਰ ਗੋਲੀ ਤੇ ਰਾਣੀ ਦੋਵੇਂ ਜਣੀਆਂ ਸਲਾਹ ਕਰਦੀਆਂ ਨੇ ਇੱਕ ਰਾਣੀ ਜਵਾਬ ਦਿੰਦੀ ਹੈ ਗੋਲੀ ਨੂੰ ਤੇ ਕੀ ਆਖਦੀ ਹੈ ਆਂਦੀ ਚੀਖੀ ਮੰਜੀ ਲਿਆ ਕੇ ਮੇਰੀ ਛੰਡ ਪੂਵੇ ਬੇਟਾ ਨੀ ਤੂੰ ਮੁੰਡੀ ਰੱਸੀ ਲੈ ਕੇ ਮੇਰੇ ਪਿੰਡੇ ਦੇ ਬਣਾ ਉਹ ਪਿੰਡੇ ਉੱਤੇ ਬੰਨ ਕੇ ਪਾਣੀ ਤੇ ਛਣਕਾਉਣੀ ਮੈਂ ਰੋਟੀ ਖਾਣੀ ਤਾਈ ਨੀ ਮੈਂ ਰੋਟੀ ਖਾਣੀ ਤਾਣੀ ਜਦੋਂ ਪੂਰਨ ਲਾ ਮਰਵਾ ਉਹ ਰੋਟੀ ਖਾਣੀ ਤਾਣੀ ਜਦੋਂ ਪੂਰਨ ਲਾ ਮਰਵਾ ਦੁਨੀਆ ਪੂਰ ਮਕਾਨ ਬਣਾ ਦਈ ਕੌਣ ਰਾਣੀ ਲੂਣਾ ਗੋਲੀ ਨੂੰ ਆਖ ਦੀਏ ਜਾਂ ਨਹੀਂ ਗੋਲੀਏ ਜਰਾ ਰਾਜੇ ਨੂੰ ਕਚਹਿਰੀ ਚ ਬੁਲਾ ਕੇ ਲਿਆ ਕੌਣ ਗੋਲੀ ਸੱਦਣ ਜਾਂਦੀ ਏ ਰਾਜੇ ਨੂੰ ਜਾ ਕੇ ਕਿਹੜਾ ਸੁਨੇਹਾ ਦੇ ਦਿੰਦੀ ਏ ਗੋਲੀ ਉਹ ਤੂੰ ਤੁਰ ਪਈ ਜਿਹੜੀ ਆਈ ਕਚਹਿਰੀ ਦਾ ਵਾਕਿਆ ਦਿਨ ਦਾ ਹੈ ਜਦੋਂ ਪੂਰਨ ਜਤੀ ਮਹਿਲਾਂ ਚ ਆਇਆ ਇੱਕ ਵਾਕਿਆ ਰਾਤ ਦਾ ਬਣਾ ਕੇ ਦੱਸਦੀਏ 404 ਜਨਾਨੀ ਦੇ ਮਗਰ ਹੁੰਦੇ ਨੇ
बंदे नहीं होंगे ना कुल चार, सौ सौ नू एक एक रोक लेंदा है, बाकी बुढ़ी दे बच्चे ने चार केड़ा केड़ा हस पैना ते रो पैना ढिड पीड़ ते सिर पीड़। वो बंदा रोकदा है जेड़ा डंडे ते होवे हुशियार, ये कौन बाकिया दिन का रात का बना के दसी है अला खान मुंडा शिवपुर वालिया किवें दस दें तीन सुबह रात पैगी पूरन मेली बड़िया ओ मैं भुलेखे तुप दे मैं भुलेखे तुप दे ओनू दीती सेज छावे ओने लै तरा तू मोजड़े ओने लै तरा तू मोजड़े सेजे चढ़ी आवे मैं पुत्र पुत्र आती ने चढ़िया नी शर्मिया यहां पे मैं शेर मुंह में बकरी शेर मुंह में बकरी मैनू केड़ा लै छड़ा पे मैं बड़ी समाज दुख दी वे मैं बड़ी समाज दुख दी इज्जत नहीं बचा पे मैं रोटी खानी ताए पुत्र दे मरवा आदि मैं रोटी खानी चाहे जदों पुत्र दे मरवा कौन एक राजा सलमान राणी दे नाल जवाब करदा है आंदा नहीं मैं जा के खुआ गेड़िया है तू उसे टिले दे आ मन पै कि मेर फकीर दी नी मेरी झोली छड़िया सुपा मेरा पुत्र है तो दुतियां गंदियां नी लाल ना रेत ला नीति ने सत जलादा तत्के मैं पुत्र दया मरवा ये कौन एक राणी दे अख लग गए राजा आखदा जलाद नू पूरन चक्की नू मार दे कौन जलाद रसा तो कुहाड़ी घरों लैन वास्ते जाता है एक अपनी राणी के नाल जलाद जाके सलाह करता है हर पट्टी दसदा है कि सलाह की तू जलाद उतू टुर पिया जेड़ा आया घर देता राणी नुवाजा मार दे राजा आंदा पुत्र मार दे राजा आंदा पुत्र मार दे नहीं तू दे दे नेक सलाह राजा आंदा पुत्र मार दे दी नौकरी जिगरे पांच कमा के खावे जड़ा सका नहीं अपने पुत्र दा सका नहीं अपने पुत्र तो साडा की करेगा कहता ते तू छे मैल कमारिया कितने कखा की कुली पा पूरन नु पांदे पैसे ते अपनी हथी जा राजा दा राणिए
ਜੇ ਮੈਂ ਪੂਰਨ ਨਾ ਮਾਰਿਆ ਰਾਜਾ ਮੇਰਾ ਕੰਨ ਬਚਾ ਕੰਨ ਕਰ ਦੇਗਾ। ਕੌਣ ਰਸਾ ਤੇ ਕੁਹਾੜੀ ਲੈ ਕੇ ਪੂਰਨ ਜਤੀ ਨੂੰ ਲੱਭਣ ਵਾਸਤੇ ਆਉਂਦਾ ਹੈ? ਇਹ ਪੂਰਨ ਜਤੀ ਹਾਲੀ ਆਪਣੀ ਸੱਚੀ ਮਾਂ ਨੂੰ ਨਹੀਂ ਮਿਲਿਆ, ਆਪਣੇ ਤਲਾਅ ਚ ਨਹਾਉਂਦਾ ਫਿਰਦਾ ਹੈ, ਇੱਕ ਜਲਾਬ ਜਾ ਕੇ ਵਾਜਾ ਮਾਰਦਾ ਹੈ। ਹਲਾ ਪੁੱਤਰ ਆਸਫ ਅਲੀ ਸ਼ਾਹ ਕਾਨੂੰਨੀ ਵਾਲਿਆ ਕਿਵੇਂ ਵਾਜਾ ਮਾਰਦਾ ਹੈ? ਨਿਕਲ ਕੇ ਜਲਾਦ ਦੇ ਨਾਲ ਜਵਾਬ ਕਰਦਾ ਹੈ ਵੀ ਮੈਨੂੰ ਕਾਹਦਾ ਹੁਕਮ ਹੈ? ਆਖਿਆ ਮੈਨੂੰ ਨਹੀਂ ਪਤਾ ਆਪਣੇ ਬਾਪ ਨੂੰ ਕੁਛ। ਕੌਣ? ਪੂਰਨ ਜਤੀ ਨੂੰ ਉਹਦੇ ਬਾਪ ਦੇ ਅਦਾਲਤ ਵਿੱਚ ਪੇਸ਼ ਕਰ ਦਿੰਦਾ ਹੈ। ਆਂਦਾ ਬਾਪ ਮੇਰੇ ਵਾਸਤੇ ਕੀ ਹੁਕਮ ਹੈ? ਆਂਦਾ ਜਿਹੜਾ ਰਾਣੀ ਲੂਣਾ ਨਾਲ ਫਰੇਬ ਕੀਤਾ ਹੀ ਇੱਕ ਪੂਰਨ ਜਤੀ ਆਪਣਾ ਸੱਚ ਦਾ ਇੱਕ ਨਿਆਂ ਕਰਵਾਉਂਦਾ ਹੈ, ਕੀ ਆਖਦਾ ਆਪਣੇ ਬਾਪ ਨੂੰ? ਆਉਂਦਾ ਹੈ ਅਦਲ ਨਿਆਂ ਕਰਿੰਦਿਆ ਰਾਜਾ ਕਦੀ ਨੀ ਪਿੰਡੇ ਰੱਕ, ਅਦਲ ਨਿਆਂ ਕਰਿੰਦਿਆ ਰਾਜਾ ਕਦੀ ਨੀ ਪਿੰਡੇ ਰੱਕ, ਉਹ ਕਰਦੇ ਤੇਲ ਕਢਾ ਦੇ ਕਢਾ ਦੇ ਥੱਲੇ ਡਾਂ ਮੁੱਢਾਂ ਦੀ ਅੱਗ, ਜਦੋਂ ਤੇਲ ਲਾਟਾਂ ਮਾਰੀਆਂ ਪਾਈਏ ਮੈਂ ਤੇ ਲੂਣਾ ਹੱਥ, ਜਿਹਨੂੰ ਗਾਂਹ ਉਂਗਲ ਤੇ ਲੱਗ ਜਾਏ ਉਹਦਾ ਨਿਤਰੇ ਝੂਠ ਤੇ ਸੱਚ। ਇੱਕ ਰਾਜਾ ਤੇਲ ਕਢਾਈ ਧਰ ਦਿੰਦਾ ਹੈ, ਇੱਕ ਪੂਰਨ ਜਤੀ ਹੱਥ ਪਾਉਣ ਦੇ ਬਜਾਏ ਉਹਦੇ ਛਾਲਾ ਮਾਰਦਾ ਹੈ। ਅਲਾ ਖਾਨ ਹੁੰਦਾ ਸ਼ਿਵਪੁਰ ਵਾਲਿਆ ਕਿਵੇਂ ਛਾਲਾ ਮਾਰਦਾ ਹੈ? ਜਦੋਂ ਛਾਲੀ ਮਾਰਦਾ ਹੈ ਬਾਦਸ਼ਾਹ ਤਖਤ ਤੇ ਬੈਠਾ ਹੈ, ਇੱਕ ਪੂਰਨ ਨੂੰ ਸੀਨੇ ਦੇ ਨਾਲ ਲਾ ਲੈਂਦਾ ਹੈ, ਗੋਲੀ ਲੁੱਕ ਕੇ ਵੇਖਦੀ ਏ, ਜਾ ਕੇ ਰਾਣੀ ਨੂੰ ਦੱਸ ਦਿੰਦੀ ਏ, ਨੀ ਰਾਣੀਏ ਕਚਹਿਰੀ ਜਾ ਨਿਆਂ ਹੋਣ ਲੱਗਾ ਹੈ। ਬਹਰਹਾਲ ਤੂੰ ਸੱਚੀ ਤਾਂ ਜ਼ਰੂਰ ਹੈ ਪਰ ਤੈਨੂੰ ਤਾਂ ਸੱਤਾਂ ਕਰਮਾਂ ਤੂੰ ਅੱਗ ਲੱਗ ਜਾਣੀ ਹੈ। ਇਹ ਕੌਣ
ਰਾਣੀ ਲੂਣਾ ਕਚਹਿਰੀ ਚ ਆਉਂਦੀ ਏ, ਇੱਕ ਆਉਂਦੀ ਰਾਣੀ ਦੀ ਸ਼ੈਰ ਤਾਰੀਫ ਕਰਦਾ, ਕਿਸ ਤਰ੍ਹਾਂ ਰਾਣੀ ਲੂਣਾ ਆਉਂਦੀ ਏ। ਰਾਣੀ ਓ ਤੂੰ ਤੁਰ ਪਈ ਜਿਹੜੀ ਆ ਗਈ ਵਾਂਗੂ ਤੈ, ਆਂਦੀ ਚਾਰ ਕਹਾਰ ਮੈਨੂੰ ਦੇ ਤੇ ਮੈਂ ਜਾਪੇ ਕੈਨੂੰ ਸੂਤ, ਰੱਖਣੇ ਲੂਣਾ ਨਾਰ ਨੂੰ, ਰੱਖਣੇ ਲੂਣਾ ਨਾਰ ਨੂੰ ਪੂਰਨ ਵਿੱਚ ਮੜੀ ਤੇ ਫੂਕ, ਆਂਦੀ ਜਾਦੂ ਕਰਾਂ ਦਾ ਚੇਲਾ ਜਾਦੂ ਕਰਨੀ ਏ ਦਿਮਾਗ, ਜਾਦੂ ਕਰਾਂ ਦਾ ਚੇਲਾ ਜਾਦੂ ਕਰਨੀ ਏ ਦਿਮਾਗ, ਇੱਥੇ ਅੱਗ ਬੰਨਣ ਵੀ ਜਾਣਦਾ ਏ, ਅੱਗ ਠੰਡੀ ਹੋ ਗਈ ਤਾਂ ਵੇ ਤੇਰੀ ਕਰਕ ਚੈਰੀ ਰਾਜਾ, ਕਰਕ ਚੈਰੀ ਰਾਜਾ ਜਿੱਥੇ ਹੈ ਨੀ ਅਦਲਿਆ, ਉਹ ਕਰਕ ਚੈਰੀ ਰਾਜਾ ਜਿੱਥੇ ਹੈ ਨੀ ਅਦਲਿਆ, ਆਂਦੀ ਏ ਵੇ ਤੇਰੀ ਕਰਕ ਚੈਰੀ ਰਾਜਾ ਜਿੱਥੇ ਹੈ ਨੀ ਅਦਲਿਆ। ਕੌਣ? ਇੱਕ ਰਾਜਾ। ਰਾਣੀ ਦੀ ਗੱਲ ਸੁਣ ਕੇ ਫਿਰ ਪੂਰਨ ਜਤੀ ਤੇ ਬਦਸਾਨ ਹੋ ਜਾਂਦਾ ਹੈ ਵੀ ਪਤਾ ਨਹੀਂ ਮੇਰੇ ਪੁੱਤਰ ਚ ਕੋਈ ਕਸੂਰ ਹੈ। ਇੱਕ ਜਲਾਦ ਨੂੰ ਆਖਦਾ ਹੈ ਵੀ ਜਾ ਨੂੰ ਲੈ ਜਾ। ਕੌਣ? ਜਲਾਦ ਪੂਰਨ ਜਤੀ ਨੂੰ ਲਿਜਾਂਦਾ ਹੈ, ਉਹਨੂੰ ਰਾਜਾ ਕਿਹੜੀਆਂ ਮੱਤੀ ਦਿੰਦਾ ਹੈ। ਆਂਦਾ ਸੁਣੀ ਜਲਾਦਾ ਮੇਰੇ ਇੱਥੇ ਤੋਤਨ ਮੇਰੇ ਬੋਲ, ਲੈ ਗਈ ਇਹਨੂੰ ਬੰਨ ਕੇ, ਲੈ ਗਈ ਇਹਨੂੰ ਬੰਨ ਕੇ ਇਹਨੂੰ ਵੱਲ ਉਜਾੜਾ ਚੋਰ, ਰੱਸਾ ਘੁੱਟ ਕੇ ਪਾਣੀ ਨਾਲੇ ਤਕਰੇ ਕਰ ਮਰੋੜ, ਇਹਦੇ ਅੱਖੀ ਦਿਆਨੇ ਕੱਢ ਕੇ ਕਲਮੀ ਮੱਥੋਂ ਰਤਨ ਚੋੜ, ਉਹ ਤੂੰ ਛੰਨਾ ਪਰਲੀ ਰੱਬ ਦਾ, ਛੰਨਾ ਪਰਲੀ ਰੱਬ ਦਾ ਉਹ ਜੀ ਲੈ ਜੀ ਲੂਣਾ ਕੋਲ, ਛੰਨਾ ਭਰ ਕੇ ਰੱਬ ਦਾ ਲੈ ਜੀ ਲੂਣਾ ਕੋਲ, ਮੈਂ ਲੂਣਾ ਰਾਜੀ ਰੱਖਣੀ, ਲੂਣਾ ਰਾਜੀ ਰੱਖਣੀ ਮੈਨੂੰ ਨਹੀਂ ਪੁੱਤਰ ਦੀ ਲੋੜ, ਲੂਣਾ ਰਾਜੀ ਰੱਖਣੀ ਨਹੀਂ ਪੁੱਤਰ ਦੀ ਲੋੜ। ਕੌਣ? ਜਲਾਦ ਲੈ ਕੇ ਪੂਰਨ ਜਤੀ ਨੂੰ ਆਪਣੀ ਗਲੀ ਚੋਂ ਲੰਘਣ ਲੱਗਦਾ ਹੈ। ਇੱਕ ਜਲਾਦ ਦੀ ਧੀ ਵੇਖਦੀ ਖਲੋਤੀ ਏ, ਆਂਦੀ ਵੇ ਬਾਪ ਇਹ ਕੌਣ ਹੈ? ਆਂਦਾ ਇਹ ਪੂਰਨ ਜਤੀ ਏ, ਰਾਜੇ ਸਲਮਾਨ ਦਾ ਪੁੱਤਰ ਏ। ਆਖਿਆ ਇਹਨੂੰ ਕਿੱਧਰ ਲੈ ਕੇ ਚੱਲਿਆ? ਆਂਦਾ ਇਹਨੂੰ ਕਤਲ ਕਰਨ ਵਾਸਤੇ ਚੱਲਿਆ। ਆਂਦੀ ਇਹ ਕਿਉਂ? ਆਖਿਆ ਇਹਨੇ ਕੋਈ ਰਾਣੀ ਲੂਣਾ ਨਾਲ ਫਰੇਬ ਕੀਤਾ ਹੈ। ਕੌਣ? ਜਲਾਦ ਦੀ ਧੀ ਆਖਦੀ ਵੇ ਬਾਪ ਜੇ ਦੋ ਮਿੰਟ ਖਲੋ ਜਾਏ ਤੇ ਮੈਂ ਜਾ ਕੇ ਰਾਜੇ ਨਾਲ ਇੱਕ ਗੱਲ ਕਰਾਂ, ਭਲਾ ਜੇ ਰਾਜਾ ਮੇਰੀ ਮੰਨ ਜਾਏ। ਏਡਾ ਸੋਹਣਾ ਜਵਾਨ ਇਹਨੂੰ ਕਿਉਂ ਕਤਲ ਕਰਦਾ ਹੈ? ਇੱਕ ਜਾ ਕੇ ਧੀ ਜਲਾਦ ਦੀ ਬਾਦਸ਼ਾਹ ਨਾਲ ਗੱਲ ਕਰਦੀ ਏ, ਬਾ ਫਜ਼ਲ ਹੁਸੈਨ ਕਿਹੜੀ ਗੱਲ ਕਰਦੀ ਏ? ਧੀ ਜਲਾਦੀ ਬੋਲਦੀ ਆਂਦੀ ਜੀ ਰਾਜਿਆ ਜੀ, ਚਾਰ ਪੁੱਤਰ ਮੇਰੇ ਬਾਪ ਦੇ ਵੇ, ਪੰਜਵੀਂ ਉਹਦੀ ਧੀ ਆਂਦੀ ਛੇਵੀਂ ਮੇਰੀ ਮਾਈ, ਸਤਵਾਂ ਬਾਬਲ ਜੀ ਦੇ ਸਾਨੂੰ ਸਤਾਂ ਨੂੰ ਸੂਲੀ ਚਾਰ ਦੇ, ਇਹ ਸਤਾਂ ਨੂੰ ਸੂਲੀ ਚਾਰ ਦੇ ਅਸੀਂ ਜ਼ਰਾ ਨ ਕਰੀਏ ਸੀ ਪੂਰਨ ਆ।
अंब का बच्चा बंद के अंब का बच्चा बंद के लूना निमक लैने की तखत बैठा पाशा तखत बैठा पाशा कुड़ी अर्गे साढ़े ना की तखत बैठा पाशा कुड़ी अर्गे साढ़े ना की बादशाह दा जा कुड़िए तू अपना काम कर तेन साडे नाल की है कौन की जलाद दी वापस आ जाती है एक पूरन जति नूं जलाद लैके शहरों बाहर जाता है एक राणी लूणा बुरखा पा के एक राह च आके पूरन नाल गल कर दी है आंदी जो हुण भी मन जाए तो मैं तेन छड़ा लाँगी ते किहड़े जवाब कर दी है रानी पुरखा पाके ओ मन खलोती हुण भी मन जा पूर्ण वे मैं हुण भी जा छड़ा आंदा जो कड़िया सो भजना जदों जागी उम्र ब्याह तेरी दे संगो पटिया लौ पी तर जा आंदा आखा मला मेरा नी तू मेरी लगनी मां आंदा तू मेरी माता लगनी है कौन राणी लूणा दीवे जला दो इनू लै जाओ इनू जाके कतल कर दो उधरू एक सच्ची मां अक्षरां नूं पता लग जांदा है एक राजे दे दरबार राणी जाके जवाब कर दीए अलार पठिया केड़े जवाब कर दीए उठे अक्षरां ढाई मारियां ओ राजे दे दरबार अंब गुआड़ी वड के अंब गुआड़ी वड के वे तू अक्की ते नवार अंब गुआड़ी वड के अक्की ते नवार आंदी लूणा जईआं औरता लूणा जईआं औरता खजल होनी लखदार आंदी है मेरा एक एक पुत्र है हे राजा क्यों मरवाना है की आखदी राणी आंदी पुत्र पुत्र किन्नू आखा किन्नू आख सुनावांगी पुत्र पुत्र किन्नू आखा किन्नू आख सुनावांगी वे किदे नाल मैं करांगी गल्ला मैं करांगी गल्ला किन्नू कोल बहावांगी निकल जावांगी शहरों बनने फिर मैं इत्थे आवांगी ओ साहिब बनांदी खाद लैके साहिब बनांदी खाद लैके सारे अपने वे पावांगी आंदी साहिब बनांदी खाद लैके सारे अपने वे पावांगी कौन जलाद लैके खूह जंगल दे विच उत्थे चले जांदे ने एक पूरन जति नूं आंदे ने मारिए ना ये करनियां दा डार चुकदा हुंदा है